ਏਵਨ ਪੰਜਾਬੀ ਦੀ ਹਰ ਖਬਰ ਹਰ ਪ੍ਰੋਗਰਾਮ ਨੂੰ ਦੇਖਣ ਲਈ ਯੂਟਿਊਬ ਤੇ ਫੇਸਬੁੱਕ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ। ਸਾਡੇ ਹਰ ਪ੍ਰੋਗਰਾਮ ਦੀ ਅਪਡੇਟ ਨੂੰ ਜਾਣਨ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਕਪੂਰਥਲਾ ਦੇ ਪੰਜਾਬ ਨੈਸ਼ਨਲ ਬੈਂਕ ਦੇ ਦਫ਼ਤਰ ਦੁਆਰਾ 125ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਮੰਡਲ ਦੇ ਮੁਖੀ ਸੁਰਿੰਦਰ ਪਾਲ ਨੇ ਕੀਤੀ। ਪੀਐਮਬੀ ਬੈਂਕ ਦਾ 125ਵਾਂ ਸਥਾਪਨਾ ਦਿਵਸ ਤੇ ਕੀ ਜਾਣੇ ਜਾਂਦੇ ਹੋ ਅੱਜ ਦੇ? ਜਿਸ ਤਰ੍ਹਾਂ ਕਿ ਤੁਹਾਨੂੰ ਸਾਰੇ ਲੋਕਾਂ ਨੂੰ ਪਤਾ ਹੈ ਕਿ ਪੰਜਾਬ ਨੈਸ਼ਨਲ ਬੈਂਕ ਦੀ ਜੋ ਸਥਾਪਨਾ ਹੈ ਉਹ 12 ਅਪ੍ਰੈਲ 1895 ਜੋ ਅਨਡਿਵਾਈਡਿਡ ਸਾਡਾ ਮੁਲਕ ਸੀ ਪਾਕਿਸਤਾਨ ਦੇ ਹੁਣ ਅੱਜ ਜੋ ਪਾਕਿਸਤਾਨ ਵਿਚ ਲਾਹੌਰ ਵਿਚ ਉਹਦੀ ਜਨਮ ਹੋਇਆ ਸੀ ਔਰ ਉਸ ਵੇਲੇ ਪੰਜਾਬ ਨੈਸ਼ਨਲ ਬੈਂਕ ਦੀ ਜੋ ਹੈ ਉਹ 2 ਲੱਖ ਰੁਪਏ ਦੀ ਪੂੰਜੀ ਨਾਲ ਅਸੀਂ ਇਹ ਕਾਰੋਬਾਰ ਸ਼ੁਰੂ ਕੀਤਾ ਸੀ ਔਰ ਅੱਜ ਇਹ ਕਾਰੋਬਾਰ ਸਾਡੇ 10 ਕਰੋੜ ਜੋ ਕਸਟਮਰ ਨੇ ਪੂਰੇ ਆਲ ਓਵਰ ਇੰਡੀਆ ਵਿਚ 10 ਕਰੋੜ ਤੋਂ ਉੱਤੇ ਕਸਟਮਰ ਨੇ ਔਰ ਟੋਟਲ ਬਿਜ਼ਨਸ ਬੈਂਕ ਦਾ ਜੋ ਦਸੰਬਰ 18 ਦੀ ਜੋ ਆਡਿਟਡ ਬੈਲੈਂਸ ਸ਼ੀਟ ਹੈ ਉਸ ਹਿਸਾਬ ਨਾਲ ਕਰੀਬ 11 ਲੱਖ ਕਰੋੜ ਬੈਂਕ ਦਾ ਬਿਜ਼ਨਸ ਹੋ ਚੁੱਕਾ ਹੈ ਔਰ ਅੱਜ ਸਾਡਾ 125ਵਾਂ ਜੋ ਹੈ ਸਾਲਗ੍ਰਹਿ ਹੈ ਅਸੀਂ ਪੂਰੇ ਦੇਸ਼ ਵਿਚ ਧੂਮ ਧਾਮ ਵਿਚ ਸਾਡੇ ਮਨਾਇਆ ਜਾ ਰਿਹਾ ਔਰ ਸਵੇਰੇ ਵਿਗਿਆਨ ਭਵਨ ਵਿਚ ਵੀ ਲਾਈਵ ਪ੍ਰੋਗਰਾਮ ਹੋਇਆ ਸੀ ਜਿਹਦੇ ਸਾਡੇ ਵਾਈਸ ਪ੍ਰੈਸੀਡੈਂਟ ਚੇਅਰਮੈਨ ਸਾਹਿਬ ਸਾਰੇ ਆਫਿਸਰਸ ਆਏ ਹੋਏ ਸੀ ਨਾਲ ਪੂਰੇ ਆਲ ਓਵਰ ਇੰਡੀਆ ਦੇ ਇਲਾਈਟ ਕਸਟਮਰ ਆਏ ਹੋਏ ਸੀ ਔਰ ਅੱਜ ਕਪੂਰਥਲਾ ਵਿਚ ਵੀ ਅਸੀਂ ਪ੍ਰੋਗਰਾਮ ਕੀਤਾ ਹੈ ਸਾਡੇ ਕਪੂਰਥਲਾ ਵਿਚ ਮੇਰੇ ਕੋਲ 3 ਡਿਸਟ੍ਰਿਕਟ ਨੇ ਇਹ ਪ੍ਰੋਗਰਾਮ ਕਪੂਰਥਲਾ ਪਠਾਨਕੋਟ ਤੇ ਗੁਰਦਾਸਪੁਰ ਵਿਚ ਵੀ ਹੋਇਆ ਤੇ ਕਪੂਰਥਲਾ ਜੋ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਉਹਦੇ ਚ ਅਸੀਂ ਜੋ ਹੈ ਕਸਟਮਰਸ ਨੂੰ ਵੀ ਅੱਜ ਬੁਲਾਇਆ ਸੀ।